ਪਿਛਲੇ ਦਿਨੀ ਜ਼ਿਲ੍ਹਾ ਕਪੂਰਥਲਾ ਦੇ ਸਾਬਕਾ ਉਪ ਪ੍ਰਧਾਨ ਸ਼ਿਵ ਸੈਨਾ ਬਾਲ ਠਾਕਰੇ ਪ੍ਰਦੀਪ ਕਾਲੀਆ ਵੱਲੋਂ ਆਪਣੇ ਆਪ ਨੂੰ ਫੰਦਾ ਲਗਾ ਕੇ ਆਤਮ ਹੱਤਿਆ ਕਰਨ ਦੇ ਮਾਮਲੇ ਵਿੱਚ ਰਾਜਨੀਤਿਕ ਸਾਜ਼ਿਸ਼ ਦੇ ਤਹਿਤ ਸ਼ਿਵ ਸੈਨਾ ਬਾਲ ਠਾਕਰੇ ਪਾਰਟੀ ਉਪ ਪ੍ਰਧਾਨ ਪੰਜਾਬ ਪਿਆਰਾ ਲਾਲ ਅਤੇ ਉਹਨਾਂ ਦੇ ਬੇਟੇ ਅਤੇ ਇੱਕ ਪਾਰਟੀ ਵਰਕਰ ਉੱਤੇ ਕਈ ਧਾਰਾਵਾਂ ਦੇ ਤਹਿਤ ਦਰਜ ਹੋਏ ਮਾਮਲੇ ਵਿੱਚ ਬਿਨਾਂ ਕੋਈ ਉੱਚ ਪੱਧਰੀ ਜਾਂਚ ਨੂੰ ਲੈ ਕੇ ਪੰਜਾਬ ਪ੍ਰਦੇਸ਼ ਸ਼ਿਵ ਸੈਨਾ ਬਾਲ ਠਾਕਰੇ ਪ੍ਰਧਾਨ ਜੋਗਰਾਜ ਸ਼ਰਮਾ ਨਾਲ ਸਾਰੇ ਸ਼ਿਵ ਸੈਨਿਕ ਅਹੁਦੇਦਾਰਾਂ ਵਿੱਚ ਪੰਜਾਬ ਪੁਲਿਸ ਦੇ ਖਿਲਾਫ ਦਰਜ ਝੂਠੇ ਮਾਮਲੇ ਨੂੰ ਲੈ ਕੇ ਰੋਸ ਨਜ਼ਰ ਆਇਆ, ਜਿਸ ਨੂੰ ਲੈ ਕੇ ਪ੍ਰਧਾਨ ਪੰਜਾਬ ਜੋਗਰਾਜ ਸ਼ਰਮਾ ਨੇ ਕਪੂਰਥਲਾ ਸ਼ਿਵ ਸੈਨਾ ਦਫ਼ਤਰ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ, ਜਿੱਥੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਉੱਚ ਪੱਧਰੀ ਜਾਂਚ ਦੀ ਸਹਿਯੋਗ ਦੀ ਮੰਗ ਕੀਤੀ ਹੈ। ਮੇਨ ਇਹ ਮੁੱਦਾ ਇਹ ਸੀ, ਜਿਹੜਾ ਐਪੀਸੋਡ ਸਾਡਾ ਕਿ ਸ਼ਿਵ ਸੈਨਿਕ ਆ ਉਸ ਦੁਨੀਆ ਤੋਂ ਚਲਾ ਗਿਆ, ਜਿਹਦੇ ਵਿੱਚ ਸਾਡੇ ਪੰਜਾਬ ਦੇ ਉਪਾਧਿਆਕਸ਼ ਸ਼੍ਰੀ ਪਿਆਰਾ ਲਾਲ ਜੀ ਅਤੇ ਉਹਦੇ ਪਰਿਵਾਰ ਅਤੇ ਉਹਨਾਂ ਦੇ ਬੇਟੇ ਦੇ ਇੱਕ ਐਲੀਗੇਸ਼ਨ ਲੱਗਾ ਵੀ ਉਹਨਾਂ ਦੀ ਵਜ੍ਹਾ ਜਾਂ ਸੁਸਾਈਡ ਕੀਤਾ। ਜਿਹੜਾ ਮੇਰੀ ਜਿਹੜਾ ਸਾਡਾ ਸ਼ਿਵ ਸੈਨਿਕ ਗਿਆ ਉਹਦੇ ਪਰਿਵਾਰ ਦੇ ਪ੍ਰਤੀ ਸੰਵੇਦਨਾ, ਬਹੁਤ ਦੁੱਖ ਦੀ ਗੱਲ ਹੈ ਵੀ ਇੱਕ ਸਾਡਾ ਪੁਰਾਣਾ ਸ਼ਿਵ ਸੈਨਿਕ ਜਿਹੜਾ ਉਸ ਦੁਨੀਆ ਤੋਂ ਚਲਾ ਗਿਆ। ਲੇਕਿਨ ਅੱਜ ਅਸੀਂ ਕਪੂਰਥਲੇ ਵਿੱਚ ਜਿਹੜੀ ਮੇਨ ਵਜ੍ਹਾ ਉਹ ਇਸ ਕਰਕੇ ਆਇਆ ਵੀ ਐਸ ਐਸ ਪੀ ਕਪੂਰਥਲਾ ਸਾਹਿਬ ਨੂੰ ਇਸ ਵਿਸ਼ੇ 'ਤੇ ਮਿਲਣਾ, ਜਾਂਚ ਵਾਸਤੇ ਮਿਲਣਾ ਵੀ ਇਸ ਕੇਸ ਦੀ ਵਧੀਆ ਜਾਂਚ ਹੋਣੀ ਚਾਹੀਦੀ ਹੈ, ਕਿਸੇ ਅੱਛੇ ਅਫੀਸਰਾਂ ਦੀ ਇੱਕ ਕਮੇਟੀ ਦਾ ਗਠਨ ਕਰਕੇ ਉਹਦੀ ਜਾਂਚ ਹੋਣੀ ਚਾਹੀਦੀ ਹੈ। ਮੇਰਾ ਖਾਸ ਕਰਕੇ ਇਹ ਮੰਨਣਾ, ਸੰਗਠਨ ਦਾ ਇਹ ਮੰਨਣਾ ਕਿ ਪਿਆਰਾ ਲਾਲ ਨਾਲ ਉਸ ਪਰਿਵਾਰ ਨਾਲ ਪਿਆਰਾ ਲਾਲ ਜੀ ਦੀ ਕੋਈ ਦੁਸ਼ਮਣੀ ਨਹੀਂ। ਫੋਰ ਆਲ ਅਪਡੇਟਡ ਨਿਊਜ਼ ਪਲੀਜ਼ ਸਬਸਕ੍ਰਾਈਬ ਏਵਨ ਨਿਊਜ਼ ਐਂਡ ਰਿੰਗ ਦ ਬੈਲ।